चोणां तों पहलां ही पिया कड़मास। आम आदमी पार्टी ते लगे गंभीर इल्जाम, अकालियां ने पालिया घेरा, माहौल होया तनावपूर्ण। जी हां, फरीदकोट जिले दे हलका कोटपुरा अधीन पैंदे पिंड संधवां अते जलालेआणा दी सांझी दी संधवां सहकारी सभा दी साल 2019 तों लड़कदी आ रही चोण लई नामजदगियां होईआं, जिस नूं लै के विरोधी धिर ने चोण अमले ते सत्ताधारी पार्टी ते गंभीर इल्जाम लगाए ने। उन्हां ने धक्केशाही करदिआं विरोधियों नूं ना तां समय सिर चोण बारे दस्सिआ ते ना ही विरोधियों नूं समय सिर नामजदगी फार्म भरन दित्ते ने। 25 मिनट रह गया लास्ट जिहड़े फार्म भरन दे विच, ते सानूं जिहड़े फार्म भरे असीं भरने वी आ, जे भरन वास्ते जिहड़े फार्म है ओह दो ही मिले है, ते साढ़े 9 बंदिआं नूं फार्म नहीं मिले। आह लाइन 'च लगे खड़े बंदे, उहनां दे बंदे टपा रहे है, जिहड़े वी इत्थे मुलाजम आ, हरदेव सिंह है मुलाजम लिखिआ वा उहदे उत्ते, मैनू पता नहीं लगा कित्थे आ इह, ते इह उहनां दे बंदे जिहड़े उह जा रहे अंदर जिहड़े हैगे आ, ते इह इह धक्का इह वोट करा लैण। मैं ना मेरी दाढ़ी मूत्र नाल मुंद दिया, जे जे इहनां दे दो बंदे जित्त जाण, जे साढ़े 9 ना जित्तण, मैं हिक थापड़ के कहिंदा। चोण है 15 दिन पहला नोटिस लगना चाहिए, मनियादी होनी चाहिए है, इतने नोटिस भी लगना चाहिए। कल मैनू लगा 12:15 बजे पता, ਮੈਂ ਸੁਸਾਇਟੀ 'ਚ ਆ ਗਿਆ। ਜਦੋਂ ਮੈਂ ਸੁਸਾਇਟੀ ਦੇ ਵਿੱਚ ਆ ਗਿਆ, ਆ ਯਾਰ ਮਹਿੰਦਰ ਆਇਆ ਇਹਦੇ ਫਾਰਮੈਟ 'ਚ ਵੇਖੋ ਕੁੜਾ, ਜਦੋਂ ਮੈਂ ਇੱਥੇ ਆਇਆ ਇੱਥੋਂ ਮੈਂ ਰਵੀ ਕੁਮਾਰ ਇੰਸਪੈਕਟਰ ਨੂੰ ਫੋਨ ਲਾਇਆ, ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਫੋਨ ਦੀ, ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਜੀ ਕੱਲ੍ਹ ਨੂੰ ਚੋਣ ਹੋ ਰਹੀ ਹੈ, ਤੁਸੀਂ ਆਹਦਾ ਬੁਨਿਆਦੀ ਕਰਾਈ ਹੈ ਜੀ, ਅਸੀਂ ਨੋਟਸ ਵੀ ਲਾਇਆ, ਮੈਂ ਕਿਹਾ ਮੈਂ ਸੁਸਾਇਟੀ ਦੇ ਬਾਹਰ ਖੜਾ, ਮੈਨੂੰ ਤਾਂ ਨੋਟਸ ਵੇਖਦਾ ਨਹੀਂ ਕਿਤੇ ਵੀ ਇੱਥੇ, ਅਤੇ ਉਹ ਤਾਂ ਅਸੀਂ ਆਪਦੀ ਤਿਆਰੀ ਕਰ ਲਈ ਬੰਦਿਆਂ ਦੀ, ਅਤੇ ਹੁਣ ਇਹਨੂੰ ਪਤਾ ਲੱਗ ਗਿਆ ਵੀ ਤਿਆਰੀ ਹੋ ਗਈ ਹੈ, ਅਤੇ ਹੁਣ ਸਾਨੂੰ ਪੇਪਰ ਦੇਣ ਵਾਸਤੇ ਅੰਦਰ ਨਹੀਂ ਜਾਣ ਦੇ ਰਹੇ। ਹਾਂਜੀ ਇਸ ਟਾਈਮ ਕੋਈ ਲੱਗਿਆ ਨੋਟਸ? ਨਾ ਨਾ ਵੇਖੋ, ਕੋਈ ਨੋਟਸ ਲੱਗਾ ਨਹੀਂ ਕਿਤੇ, ਨਾ ਇਹ ਨੋਟਸ ਕਿਤੇ ਨਹੀਂ ਲੱਗਾ, ਸਾਹਮਣੇ ਖੜੀ ਕਿੱਥੇ ਨੋਟਸ ਲੱਗਾ? ਕੋਈ ਨੋਟਸ ਨਹੀਂ ਲੱਗਾ, ਕੋਈ ਨੋਟਸ ਨਹੀਂ ਲਾਇਆ ਚੋਣ ਦਾ, ਚੋਣ ਪ੍ਰੋਗਰਾਮ ਆਉਂਦਾ ਜੀ, ਛਪ ਕੇ ਆਉਂਦਾ ਚੋਣ ਪ੍ਰੋਗਰਾਮ, ਛਪ ਕੇ ਆਉਂਦਾ, 9 ਤੋਂ 11 ਤੱਕ ਕਾਗਜ ਭਰਨ ਦਾ ਟਾਈਮ ਹੁੰਦਾ, ਉਹ ਵੀ ਇਹਨਾਂ ਨੇ 9 ਤੋਂ ਲੇਟ ਕਰਤਾ। ਇਹ ਤਾਂ ਇੱਕ ਸੁਸਾਇਟੀ ਆ, ਅਸੀਂ ਸਾਰਾ ਸਹਿਕਾਰਤਾ ਮਹਿਕਮਾ ਸਾਰਾ ਪੰਜਾਬ ਚਲਾਇਆ ਯਾਰ, ਪੰਜਾਬ ਸਰਕਾਰ ਮੁਰਦਾਬਾਦ, ਡੀਆਰ ਫਰੀਦਕੋਟ ਮੁਰਦਾਬਾਦ, ਏਆਰ ਫਰੀਦਕੋਟ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਭਰਾਵੋ ਗੱਲ ਇਹ ਹੈ, ਉਹ ਕਿਹੜੇ ਜਿੰਦਾਬਾਦ, ਲਾਹੌਰ ਫਦੂ, ਪਸ਼ੌਰ ਫਦੂ, ਚੁੱਪ ਕਰਕੇ ਟੱਕੇ ਬਹਿ ਜਾਓ। ਪਰਮ ਸਤਿਕਾਰਯੋਗ, ਅੱਜ ਕੋਆਪਰੇਟਿਵ ਸੁਸਾਇਟੀ ਦੀ ਚੋਣ ਚੋਰੀ ਰੱਖੀ ਗਈ ਸੀਗੀ, ਇਹਦੇ 'ਤੇ 15 ਦਿਨਾਂ ਦਾ ਨੋਟਿਸ ਚਾਹੀਦਾ ਲੱਗਾ ਵਾ, ਇੱਥੇ ਨਾਲ 15 ਦਿਨ ਪਹਿਲਾਂ ਅਨਾਊਂਸਮੈਂਟ ਚਾਹੀਦੀ ਹੈ, ਲੇਕਿਨ ਇਹ ਪਹਿਲਾਂ ਹੀ ਅੰਦਰ ਘਾਲਾ ਮਾਲਾ ਹੋ ਗਿਆ ਸੀਗਾ, ਕਿਉਂਕਿ ਇਹ ਤੀਜੀ ਦਫਾ ਚੋਣ ਹੋ ਰਹੀ ਹੈ, ਪਹਿਲੀ ਦਫਾ 2/3 ਮੈਜੋਰਟੀ ਹੈ ਜਿਹੜੀ ਉਹ ਚਾਹੀਦੀ ਆ, ਉਹ ਨਹੀਂ ਹੋਈ, ਦੂਜੀ ਦਫਾ ਕਿਸੇ ਕਾਰਨ ਕੈਂਸਲ ਹੋ ਗਈ, ਅੱਜ ਤੀਜੀ ਦਫਾ ਜੋ ਚੋਰੀ ਰੱਖੀ ਗਈ, ਅਤੇ ਫਾਰਮ ਭਰਨ ਦਾ ਸਾਨੂੰ ਕੱਲ੍ਹ 12 ਵਜੇ ਪਤਾ ਲੱਗ ਗਿਆ ਸੀਗਾ, ਅਸੀਂ ਵੀ ਆਪਦੀ ਤਿਆਰੀ ਕਰ ਲਈ, ਫਾਰਮ ਭਰ ਲਏ ਸਾਰਾ ਕੁਛ, ਪਰ ਸਾਨੂੰ ਜਿਹੜਾ ਫਾਰਮ ਦਾ ਪ੍ਰੋਸੈਸ ਸੀਗਾ, ਫਾਰਮ ਜਿਹੜੇ ਦੇਣੇ ਸੀ ਰਿਟਰਨਿੰਗ ਅਫਸਰ ਨੇ, ਉਹ 9 ਵਜੇ ਤੋਂ 11 ਵਜੇ ਤੱਕ ਸੀਗੇ, ਅਤੇ ਸਾਨੂੰ ਜਿਹੜਾ ਪਹਿਲਾ ਫਾਰਮ ਦਿੱਤਾ ਗਿਆ 9 ਵਜੇ ਦਿੱਤਾ ਗਿਆ, ਅਤੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਸਾਨੂੰ 4 ਫਾਰਮ ਹੀ ਮਿਲੇ ਆ, ਹਜੇ ਭਰ ਕੇ ਜਮ੍ਹਾਂ ਵੀ ਕਰਾਉਣੇ ਸੀ ਅਸੀਂ ਸਾਰੇ ਜਿਹੜੇ ਹੈਗੇ ਆ, ਸਾਡੇ ਕੋਲ 11 ਉਮੀਦਵਾਰ ਤਿਆਰ ਸੀਗੇ, ਲੇਕਿਨ ਅਸੀਂ ਖੜ੍ਹੇ 9 ਉਮੀਦਵਾਰ ਕਰਨੇ ਸੀਗੇ, ਇਸ ਕਰਕੇ ਉਹ ਹੁਣ ਇਹਨਾਂ ਨੇ ਅੰਦਰੋਂ ਜਿਹੜਾ ਰਿਟਰਨਿੰਗ ਅਫਸਰ ਹੈ ਉਹਨਾਂ ਨੇ ਕਹਿਤਾ ਪ੍ਰੋਸੈਸ ਪੂਰਾ ਹੋ ਗਿਆ, ਅਸੀਂ ਲਿਸਟ ਲਾ ਦੇਣੀ ਹੈ, ਅਤੇ ਉਹ ਸਾਨੂੰ ਪਤਾ ਹੀ ਹੈ ਹੁਣ ਜਦੋਂ ਸਾਡੇ ਫਾਰਮ ਹੈ ਜਿਹੜੇ ਸਾਨੂੰ ਦਿੱਤੇ 4 ਹਜੇ ਤਾਂ ਭਰ ਕੇ ਅਸੀਂ ਜਮ੍ਹਾਂ ਹੀ ਨਹੀਂ ਕਰਾ ਸਕੇਗੇ, ਅਤੇ ਇਸ ਕਰਕੇ ਅਸੀਂ ਆ ਪੁਲਿਸ ਮਹਿਕਮੇ ਨੂੰ ਬੇਨਤੀ ਕਰਦੇ ਰਹੇ ਹਾਂ, ਆ ਡਿਊਟੀ ਦੇ ਉੱਤੇ ਕੋਈ ਸਰਦਾਰ ਹਰਦੇਵ ਸਿੰਘ ਹੈਗੇ, ਮੈਨੂੰ ਪਤਾ ਨਹੀਂ ਕਿੱਥੇ ਲੱਗੇ ਹੋਏ ਆ, ਅਤੇ ਇਹ ਉਹਨਾਂ ਦੇ ਬੰਦੇ ਨੂੰ ਟਪਾ ਦਿੰਦੇ ਸੀ, ਸਾਡੇ ਬੰਦੇ ਨੂੰ ਟਪਾਉਂਦੇ ਨਹੀਂ ਸੀਗੇ, ਆ ਪੁਲਿਸ ਵੀ ਨਾਲ ਹੀ ਰਲੀ ਵੀ ਹੈ, ਇਸ ਕਰਕੇ ਵੀਰੋ ਇਹ ਧੱਕਾ ਸ਼ਰਾ ਸ਼ਾ ਇਹ ਤਾਂ ਕਹੀ ਜਾਂਦੇ ਸੀ, ਆਪ ਵਧੀਆ ਪ੍ਰਸ਼ਾਸਨ ਦੇਵਾਂਗੇ, ਫਲਾਨਾ ਕਰਾਂਗੇ, ਟਮਕਾ ਕਰਾਂਗੇ, ਆਪਣੇ ਸਾਰਿਆਂ ਤੋਂ ਵੱਧ ਧੱਕਾ ਜਿਹੜਾ ਹੈਗਾ, ਅਤੇ ਹੁਣ ਉਹ ਵੇਖੋ, ਹੁਣ ਵੇਖੋ ਹੂ ਹੂ ਕਰਨ ਵਾਲੇ ਆ, ਇਹਨੇ ਮਗਰ ਹਾਈ ਹੂ 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 ਵਾਲੇ ਆ ਮਗਰ, ਇਸ ਕਰਕੇ ਅੱਜ ਜਿਹੜੀ ਹੈ ਇਹ ਤੁਸੀਂ ਸਾਰੇ ਪ੍ਰੈਸ ਵਾਲੇ ਵੀ ਹੈਗੇ ਆ, ਤੁਸੀਂ ਵੇਖ ਲਈ ਸਾਰੀ ਚੋਣ ਕਿੰਨੀ ਕੁ ਪਾਰਦਰਸ਼ੀ ਚੋਣ ਹੋਈ ਹੈ, ਇਦੋਂ ਪਹਿਲਾਂ ਖਾਰੇ ਪਿੰਡ ਦੇ ਵਿੱਚ, ਦੇਵੀ ਵਾਲੇ ਪਿੰਡ 'ਚ ਅਨੇਕਾਂ ਪਿੰਡ ਗੜਾਨ ਹੈ ਜਿੱਥੇ ਉਹ ਜਿਹਾ ਕੁਛ ਹੋਇਆ, ਜੇ ਅੱਜ ਫਿਰ ਇਲੈਕਸ਼ਨ ਹੁੰਦੀ ਇਹਨਾਂ ਨੂੰ 2 ਸੀਟਾਂ ਆਉਣੀਆਂ ਸੀ, ਸਾਨੂੰ 9 ਆਉਣੀਆਂ ਸੀਗੀ,
ਸਾਨੂੰ ਨਾ ਆਉਣੀਆਂ। ਟੋਟਲ 618 ਵੋਟਾਂ ਸੀਗੀਆਂ, ਕੁਛ ਮਰੀਆਂ ਵੀ ਆ, ਲਿਸਟ ਸਾਨੂੰ ਦਿੱਤੀ ਨਹੀਂ ਵੋਟਾਂ ਦੀ ਇਹਨਾਂ ਨੇ, ਕੁਛ ਮਰ ਗਈਆਂ ਉਹ ਕੱਟਦੀਆਂ। ਇਸ ਕਰਕੇ ਇਸ ਦੇ ਉੱਤੇ ਜਿਹੜੀ ਹੈਗੀ ਆ, ਮੈਂ ਸਮੁੱਚੇ ਨਗਰ ਵਾਸੀ ਸਾਡੇ ਇਹਨਾਂ ਨਾਲ ਜਿਹੜੇ ਆਏ ਆ ਬਾਹਰ ਦੇ ਬੰਦੇ ਕਹਿਣ ਲਓ ਸਾਰੇ, ਸਾਡੇ ਨਾਲ ਜਿਹੜੇ ਹੈਗੇ ਆ ਸਾਡੇ ਪਿੰਡ ਦੇ ਬੰਦੇ, ਜਲਾਲੇ ਵਾਲੇ ਪਿੰਡ ਦੇ ਬੰਦੇ ਜਿਹੜੇ ਹੈਗੇ। ਕਹਿਣਾ ਕਿ ਤੁਹਾਡੇ ਮੌਕੇ 'ਤੇ ਚੋਣ ਹੀ ਨਹੀਂ ਹੁੰਦੀ ਸੀਗੀ? ਸਾਡੇ ਮੌਕੇ ਸਰਬਸੰਮਤੀ ਹੁੰਦੀ ਸੀ, ਇਸੇ ਜਗ੍ਹਾ ਦੇ ਉੱਤੇ ਬੈਠ ਕੇ ਚੋਣ ਨਹੀਂ ਹੋਈ, ਲੇਕਿਨ ਸਰਬਸੰਮਤੀ ਉਦੋਂ ਤਾਂ ਇਹ ਤਾਂ ਪਾਰਟੀ ਹੈ ਹੀ ਨਹੀਂ ਸੀਗੀ, ਉਦੋਂ ਕਾਂਗਰਸ ਪਾਰਟੀ ਸੀ। ਉਸ ਪਰ ਜਲਾਲਿਆਂ ਵਾਲੇ ਸਰਪੰਚ ਸਾਹਿਬ ਆ ਜਾਂਦੇ, ਉਹਦਾ ਇੱਕ ਹੀ ਨਾਂ ਸੀ ਉਹਨਾਂ ਦਾ, ਭਗਵਾਨ ਸਿੰਘ ਸਰਪੰਚ, ਅਤੇ ਸਾਡੇ ਪਿੰਡ ਵਾਲੇ ਬੈਠ ਜਾਂਦੇ ਸੀ ਸਰਬਸੰਮਤੀ ਨਾਲ, ਅਸੀਂ ਉਹਨਾਂ ਦੇ ਚੋਣ ਲੈਂਦੇ ਸੀਗੇ, ਅਤੇ ਸਰਬਸੰਮਤੀ ਨਾਲ ਪ੍ਰਧਾਨ ਬਣ ਜਾਂਦਾ ਹੁੰਦਾ ਸੀਗਾ ਜਿਹੜਾ ਕੋਈ ਬਣਦਾ ਸੀਗਾ। ਅਤੇ 25-26 ਸਾਲ ਤੋਂ ਇਹ ਤਾਂ ਇਹਨਾਂ ਦੇ ਉਹ ਕੀੜਾ ਹੱਥ ਲੱਗਾ ਵਾ, ਅਚਾਨਕ ਲੱਗ ਗਿਆ, ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਬੋਲੇ ਸੋ ਨਿਹਾਲ। ਦੂਜੇ ਪਾਸੇ ਜਦੋਂ ਸੱਤਾਧਾਰੀ ਪਾਰਟੀ ਦੇ ਵੀਰ ਇੰਦਰ ਸਿੰਘ ਸੰਧਵਾ ਨਾਲ ਗੱਲ ਕੀਤੀ ਤਾਂ ਕਿਹਾ ਕਿ ਚੋਣ ਦੀ ਜਿਹੜੀ ਪ੍ਰਕਿਰਿਆ ਹੋਈ ਹੈ ਸਭ ਦੇ ਸਾਹਮਣੇ ਹੋਈ ਹੈ ਅਤੇ ਕਾਨੂੰਨ ਮੁਤਾਬਿਕ ਹੋਈ ਹੈ, ਵਿਰੋਧੀ ਆਪਣੀ ਹਾਰ ਨੂੰ ਦੇਖਦੇ ਹੋਏ ਰੌਲਾ ਪਾ ਰਹੇ ਨੇ, ਕੋਈ ਧੱਕਾਸ਼ਾਹੀ ਨਹੀਂ ਹੋਈ। ਸਾਰੇ ਪਿੰਡ ਦੀ ਮਤਲਬ ਮੰਗ ਸੀ, ਡਿਮਾਂਡ ਸੀ, ਸਹਿਮਤੀ ਸੀ ਵੀ ਹੋਣਾ ਚਾਹੀਦਾ, ਕਿਉਂਕਿ 2019 ਦਾ ਪੈਂਡਿੰਗ ਸੀਗਾ ਜੀ। ਲੋਕ ਛੋਟੇ ਜ਼ਿਮੀਂਦਾਰ, ਛੋਟੇ ਕਿਸਾਨ ਬਹੁਤ ਜਾਣੀ ਕਿ ਪਰੇਸ਼ਾਨ ਰਹਿੰਦੇ ਸੀ ਯੂਰੀਆ ਨੂੰ ਲੈ ਕੇ, DAP ਨੂੰ ਲੈ ਕੇ। ਸੋ ਹੁਣ ਕਮੇਟੀ ਨਵੀਂ ਬਣੂਗੀ, ਉਹਦੇ ਅਕੋਰਡਿੰਗ ਸਾਰਾ ਕੁਛ ਠੀਕ ਠੀਕ ਹੋਊਗਾ ਜੀ। ਇਹ ਲੋੜ ਸੀਗੀ ਜੀ, ਇਹ ਤਾਂ ਦੋਸ਼ ਬੇਬੁਨਿਆਦ ਹੈ ਜੀ। ਉਹ ਲਾ ਰਹੇ ਆ ਜੀ ਦੋਸ਼, ਦੋਸ਼ ਲਾਉਣ ਵਾਲੇ ਦੋਸ਼ ਹੀ ਲਾਉਣੇ ਆ ਜੀ, ਉਹ ਲਾ ਰਹੇ ਆ ਜੀ ਦੋਸ਼, ਬਿਲਕੁਲ ਗਲਤ ਹੈ ਜੀ ਗੱਲ। ਫਾਰਮਾਂ ਦੀ ਕੋਈ ਗੱਲ ਨਹੀਂ, ਫਾਰਮ ਤਾਂ ਇਹ ਕੱਲ੍ਹ ਵੀ ਜਾ ਕੇ ਆਏ, ਉੱਥੇ ਦਫ਼ਤਰ ਵੀ ਜਾ ਕੇ ਉੱਥੋਂ ਲੈ ਸਕਦੇ ਸੀ, ਫਾਰਮ ਵੀ ਲੈ ਸਕਦੇ ਸੀ, ਉੱਥੇ ਸਾਰਾ ਕੁਛ ਕਰ ਸਕਦੇ, ਸਾਰਾ ਕੁਛ ਅਕੋਰਡਿੰਗ ਟੂ ਲਾ ਹੋਇਆ ਜੀ। ਇਸ ਮੌਕੇ 'ਤੇ ਗੱਲ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੁੰਦਾ ਰੌਲਾ ਪਾਉਣਾ ਅਤੇ ਇਸ ਲਈ ਉਹ ਰੌਲਾ ਪਾ ਰਹੇ ਨੇ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ, ਜਿਹੜੀਆਂ ਸਹਿਕਾਰੀ ਸਭਾਵਾਂ ਕਿਸਾਨੀ ਦੀਆਂ ਧੁਰਾ ਹੁੰਦੀਆਂ ਨੇ, ਅਤੇ ਇਹ ਜਿਹੜੀ ਪਿੰਡ ਸੰਧਵਾ ਦੀ ਸਹਿਕਾਰੀ ਸਭਾ, ਇਹਦੀ ਚੋਣ ਬਹੁਤ ਲੰਮੇ ਸਮੇਂ ਤੋਂ ਪੈਡਿੰਗ ਸੀ, ਲਗਭਗ 2019 ਤੋਂ ਇਹ ਲੰਬ ਤੁਰੀ ਆ ਰਹੀ ਸੀ, ਚੋਣ ਕਰਵਾਈ ਨਹੀਂ ਜਾ ਰਹੀ ਸੀ। ਅਤੇ ਅੱਜ ਅਸੀਂ ਜਿਹੜਾ ਸੀਗਾ ਐਜ਼ ਏ ਕਾਨੂੰਨ ਮੁਤਾਬਕ ਜੋ ਵੀ ਤੁਹਾਡੇ ਸਾਹਮਣੇ ਸਾਰੇ ਪੱਤਰਕਾਰ ਭਰਾ ਇੱਥੇ ਹਾਜ਼ਰ ਸੀ, ਇੱਥੇ ਤੁਹਾਡੇ ਸਾਹਮਣੇ ਕਿਸੇ ਨਾਲ ਕੋਈ ਧੱਕਾਸ਼ਾਹੀ ਨਹੀਂ ਹੋਈ। ਅੱਗੇ ਪਹਿਲਾਂ ਕੀ ਹੁੰਦਾ ਸੀ, ਜਿਹੜੀਆਂ ਪਾਰਟੀਆਂ ਹੁੰਦੀਆਂ ਸੀ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਬਹਿ ਕੇ ਜਿਹੜੇ ਸੀਗੀਆਂ ਚੋਣਾਂ ਕਰਾਈਆਂ ਜਾਂਦੀਆਂ ਸੀ, ਪਿੰਡਾਂ 'ਚ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਵੀ ਚੋਣ ਹੋ ਰਹੀ ਆ। ਅੱਜ ਤੁਹਾਡੇ ਸਾਰੇ ਪਿੰਡ ਦੇ ਸਾਹਮਣੇ ਸਾਰਾ ਪਿੰਡ ਇੱਥੇ ਇਕੱਤਰ ਸੀਗਾ, ਇੱਥੇ ਲੋਕਾਂ ਨੇ ਆਪਦੇ ਕਾਗਜ਼ ਭਰੇ ਨੇ, ਕਿਸੇ ਨੂੰ ਰੋਕਿਆ ਨਹੀਂ ਗਿਆ, ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਗਈ। ਅਤੇ ਬਾਕੀ ਜੋ ਵੀ ਹੈ ਐਜ਼ ਏ ਪ੍ਰੋਸੈਸ ਕਾਨੂੰਨ ਦੇ ਅਨੁਸਾਰ ਹੋਇਆ, ਅਤੇ ਜਿਹੜੇ ਹੈਗੇ ਜਿੰਨਾਂ ਦੇ ਹੁਣ ਆਪਣਾ ਕਾਗਜ਼ ਜਿਨ੍ਹਾਂ ਨੇ ਭਰਤੇ ਆ ਉਹ ਲਿਸਟ ਥੋੜ੍ਹੀ ਦੇਰ ਤੱਕ ਲੱਗ ਜਾਏਗੀ, ਅਤੇ ਜਿਹੜੇ ਅੱਜ ਮੈਂਬਰ ਚੁਣੇ ਜਾਣਗੇ ਅਤੇ ਕਾਨੂੰਨ ਮੁਤਾਬਕ 15 ਦਿਨਾਂ ਨੂੰ ਜਿਹੜੇ ਚੁਣੇ ਹੋਏ ਮੈਂਬਰ ਆ ਉਹਨਾਂ ਦੀ ਇੱਕ ਇਕੱਤਰਤਾ ਹੋਏਗੀ ਇਸ ਸੋਸਾਇਟੀ ਦੇ ਵਿੱਚ, ਅਤੇ ਉਹ ਆਪਦਾ ਪ੍ਰਧਾਨ ਚੁਣਨਗੇ। ਗੱਲ ਸਾਂਝੀ ਕਰਨਾ ਚਾਹੁੰਦੇ ਹਾਂ, ਇੱਥੇ ਆਪਣੇ ਢੁੱਡੀ ਪਿੰਡ ਹੈ ਆਪਣੇ ਕੋਟਪੁਰਾ ਹਲਕੇ ਦੇ ਵਿੱਚ ਹੀ, ਉੱਥੇ 3 ਮਹੀਨੇ ਬਾਅਦ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ ਸੋਸਾਇਟੀ ਦੀ ਚੋਣ ਹੋ ਗਈ ਹੈ, ਅਤੇ ਇੱਥੇ ਤਾਂ ਤੁਹਾਡੇ ਸਾਰੇ ਕੋਲ ਸਾਹਮਣੇ ਆ। ਇਹ ਤਾਂ ਜਦੋਂ ਕਿਹੜਾ ਵਿਰੋਧੀ ਕੋਈ ਜਿਹਨੂੰ ਹਾਰ ਦਾ ਸਰੀ ਹੋਏ ਉਹਨੇ ਫਿਰ ਕੋਈ ਨਾ ਕੋਈ ਆਪਦਾ ਬਹਾਨਾ ਬਣਾਉਣਾ ਹੁੰਦਾ ਹੈ, ਪਰ ਜਿਹੜੇ ਫਾਰਮ ਹੈ ਇਹ ਤਾਂ ਇੱਕ ਕਾਪੀ ਮਿਲ ਜਾਂਦੀ, ਉਹਦੀਆਂ ਪਾਉਂਦੀਆਂ ਆਪਾਂ 100 ਕਾਪੀਆਂ ਕਰਾ ਲਈਏ, ਜੇ ਆਪਾਂ ਮੰਨ ਕੇ ਉਹਨਾਂ ਦਾ ਕਹਿਣਾ ਸਾਨੂੰ ਇੱਕ ਕਾਪੀ ਮਿਲ ਗਈ ਤਾਂ ਤੁਸੀਂ ਵੀ ਸਮਝਦਾਰ ਹੋ, ਜੇ ਇੱਕ ਕਾਪੀ ਉਹਨਾਂ ਨੂੰ ਮਿਲ ਗਈ ਤਾਂ ਉਹਦੀ ਪਾਉਂਦੀ 100 ਕਾਪੀਆਂ ਆਪਾਂ ਫੋਟੋਸਟੇਟ ਕਰਾ ਲਈਏ, ਬਾਹਰੋਂ ਕਰਵਾ ਲਈਏ, ਜੇ ਅੰਦਰੋਂ ਨਹੀਂ ਮਿਲੀ ਤਾਂ। ਕਿੰਨੇ ਮੈਂਬਰਾਂ ਨੇ ਸਬਮਿਟ ਕਰਾਏ ਫਾਰਮ? 11 ਮੈਂਬਰ ਚੁਣੇ ਜਾਣੇ ਨੇ ਜੀ, ਅਤੇ ਬਾਕੀ ਉਹ ਤਾਂ ਜਿਹੜੇ ਅਟਾਰਨਿੰਗ ਅਫਸਰ ਨੇ ਉਹ ਦੱਸਣਗੇ ਵੀ ਹੁਣ ਤੱਕ ਕੁੱਲ ਕਿੰਨੇ ਜਿਹੜੇ ਕਾਗਜ਼ ਦਾਖਲ ਹੋਏ ਆ ਅਤੇ ਕਿੰਨੇ ਉਹਨਾਂ ਦੇ ਵਿੱਚੋਂ ਸਹੀ ਕਾਗਜ਼ ਆ, ਉਹ ਉਸ ਤੋਂ ਬਾਅਦ ਜਿਹੜਾ ਅਗਲਾ ਸਮਾਂ ਉਹਦੀ ਹੈਗਾ ਪ੍ਰੋਸੈਸਿੰਗ ਦਾ ਹੈਗਾ ਵੀ ਉਹਦੀ ਉਹ ਪੂਣ ਛਾਣ ਕਰਨਗੇ, ਜੇ ਕੋਈ ਗਲਤੀ ਹੋਈ ਕਾਗਜ਼ ਰੱਦ ਵੀ ਹੋ ਸਕਦਾ ਕੋਈ, ਜੇ ਕੋਈ ਸਹੀ ਹੋਏ ਤਾਂ ਸਾਰੇ ਦਰੁਸਤ ਪਾਏ ਗਏ। ਤਾਂ ਜਾਣਕਾਰੀ ਹੈ ਵੀ ਵਿਰੋਧੀ ਧਿਰ ਦੇ ਕਿੰਨੇ ਸੀਗੇ? ਨਹੀਂ ਜੀ, ਇਹਦੇ ਬਾਰੇ ਜਿਹੜੇ ਅਟਾਰਨਿੰਗ ਅਫਸਰ ਉਹੀ ਦੱਸ। ਜਾਣਕਾਰੀ ਅਨੁਸਾਰ ਪਿੰਡ ਸੰਧਵਾ ਵਿਖੇ ਕਿਸਾਨਾਂ ਦੀ ਭਲਾਈ ਲਈ ਬਣੀ ਦੀ ਸੰਧਵਾ ਸਹਿਕਾਰੀ ਸਭਾ ਸੰਧਵਾ ਦੇ ਮੈਂਬਰਾਂ ਦੀ ਚੋਣ ਸੰਬੰਧੀ ਨਾਮਜ਼ਦਗੀ ਅੱਜ ਹੋਈ ਸੀ, ਜਿਸ ਨੂੰ ਲੈ ਕੇ ਅਕਾਲੀ ਦਲ ਦੇ ਉਮੀਦਵਾਰ ਵੀ ਉੱਥੇ ਪਹੁੰਚੇ ਸਨ, ਜਿਨ੍ਹਾਂ ਦੇ ਵੱਲੋਂ ਸੱਤਾਧਾਰੀ ਪਾਰਟੀ ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ। ਹਕੀਕਤ TV ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।